ਇਹ ਪੂਰਾ ਦਾ ਪੂਰਾ ਕ੍ਰਾਈਮ ਸੀ ਨਾ, ਜਿਹਨੂੰ ਕਿ ਪੂਰਾ ਬਲ ਦਿੱਤਾ ਗਿਆ, ਘੇਰਾਬੰਦੀ ਕਰ ਦਿੱਤੀ ਗਈ ਹੈ। ਇਸ ਸਵਿਫਟ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਇਹ ਬਦਮਾਸ਼ ਜਿਹੜੇ ਨੇ ਪੁਲਿਸ ਦੇ ਨਾਲ ਇਹਨਾਂ ਦਾ ਟਾਕਰਾ ਹੁੰਦਾ। ਜਦੋਂ ਫਾਇਰਿੰਗ ਹੁੰਦੀ ਹੈ ਤਾਂ ਫਿਰ ਇਹ ਬਦਮਾਸ਼ ਸੁੱਟ ਲਏ ਜਾਂਦੇ ਆ ਮੌਕੇ ਦੇ ਉੱਪਰ, ਤਾਂ ਮੌਕੇ ਦੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ। ਇਸੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਹ ਬਦਮਾਸ਼ ਜਾ ਰਹੇ ਸੀ। ਬੰਬੀਹਾ ਗੈਂਗ ਨਾਲ ਸੰਬੰਧਿਤ ਨੇ ਔਰ ਲੱਕੀ ਪਟਿਆਲ ਦੇ ਸੰਪਰਕ ਦੇ ਵਿੱਚ ਸੀਗੇ ਇਹ ਬਦਮਾਸ਼। ਲੱਕੀ ਪਟਿਆਲ ਨਾਲ ਲਗਾਤਾਰ ਇਹਨਾਂ ਦੀ ਗੱਲਬਾਤ ਵੀ ਹੁੰਦੀ ਸੀ। ਮੋਟਰਸਾਈਕਲ ਦਾ ਜਿਹੜਾ ਬਕਸਾ ਖੋਲ੍ਹਿਆ ਗਿਆ ਉਹਦੇ ਵਿੱਚੋਂ ਦੇਖਿਆ ਜਾ ਰਿਹਾ ਮੌਕੇ ਦੇ ਉੱਪਰ ਕੀ ਕੁਛ ਉਹਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਔਰ ਬਦਮਾਸ਼ ਜਾ ਰਹੇ ਸੀ ਦੱਸਿਆ ਜਾ ਰਿਹਾ, ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਲੱਕੀ ਪਟਿਆਲ ਦੇ ਸੰਪਰਕ ਦੇ ਵਿੱਚ ਰਹਿਣ ਵਾਲੇ ਇਹ ਦੋ ਮੁੰਡੇ ਸੀਗੇ, ਦੋ ਬਦਮਾਸ਼ ਜਿਨ੍ਹਾਂ ਦੇ ਕੋਲੋਂ ਦੋ ਆਟੋਮੈਟਿਕ ਵੈਪਨ ਮਿਲੇ ਨੇ ਮੌਕੇ ਦੇ ਉੱਪਰ ਜਿਹੜੇ ਨਿਸ਼ਾਨਦੇਹੀ ਕੀਤੀ ਹੈ ਪੁਲਿਸ ਨੇ। ਔਰ ਸਾਹਮਣੇ ਮੋਟਰਸਾਈਕਲ ਜਿਹੜਾ ਉਸਨੂੰ ਖੋਲ੍ਹ ਕੇ ਦੇਖਿਆ ਜਾ ਰਿਹਾ ਕਿ ਉਹਦੇ ਵਿੱਚੋਂ ਕੋਈ ਜਿਹੜਾ ਉਸਦੇ ਅੰਦਰ ਕੋਈ ਅਸਲਾ ਜਾਂ ਕੋਈ ਹੋਰ ਚੀਜ਼ ਤਾਂ ਨਹੀਂ, ਇਹ ਚੀਜ਼ ਜਿਹੜੀ ਹੈ ਦੇਖੀ ਜਾ ਰਹੀ। ਦੇਖ ਸਕਦੇ ਹੋ ਤੁਸੀਂ ਕਿ ਪੂਰਾ ਦਾ ਪੂਰਾ ਕ੍ਰਾਈਮ ਸੀਨ ਜਿਸ ਨੂੰ ਕਿ ਕਵਰ ਕਰ ਦਿੱਤਾ ਗਿਆ। ਔਰ ਇਸ ਪਾਸੇ ਦੋ ਵੈਪਨ ਵੀ ਪਏ ਆ, ਇੱਕ ਵੈਪਨ ਸਾਹਮਣੇ ਪਿਆ ਪੈਰਾਂ ਦੇ ਵਿੱਚ ਔਰ ਉੱਥੇ ਹੀ ਦੂਸਰਾ ਵੈਪਨ ਜਿਹੜਾ ਇਸ ਪਾਸੇ ਵੀ ਪਿਆ, ਤਾਂ ਨਿਸ਼ਾਨਦੇਹੀ ਕੀਤੀ ਗਈ ਹੈ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਮੋਹਾਲੀ ਪੁਲਿਸ ਨੇ ਫਿਰ ਐਕਸ਼ਨ ਕੀਤਾ ਹੈ, ਦੋ ਬਦਮਾਸ਼ਾਂ ਨੂੰ ਘੇਰਿਆ, ਉਹਨਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਵੱਜੀਆਂ, ਹਸਪੀਟਲ ਉਹਨਾਂ ਨੂੰ ਐਡਮਿਟ ਕਰਵਾ ਦਿੱਤਾ ਗਿਆ। ਤਾਂ ਮੌਕੇ ਤੇ ਅਸੀਂ ਇਸ ਵੇਲੇ ਜਿੱਥੇ ਕਿ ਫੋਰੈਂਸਿਕ ਦੀ ਟੀਮ ਵੀ ਮੌਕੇ ਦੇ ਉੱਪਰ ਪਹੁੰਚੀ ਹੈ ਔਰ ਮੌਕੇ ਦੇ ਉੱਪਰ ਚੱਲ ਕੀ ਰਿਹਾ। ਮੌਕੇ ਦੀ ਤਸਵੀਰ ਅਸੀਂ ਤੁਹਾਨੂੰ ਚੱਲ ਕੇ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮੌਕੇ ਦੇ ਉੱਪਰ ਜੋ ਕ੍ਰਾਈਮ ਸੀਨ ਆ ਪੂਰਾ ਦਾ ਪੂਰਾ ਉਸਨੂੰ ਪੁਲਿਸ ਨੇ ਘੇਰਿਆ ਔਰ ਮੌਕੇ ਦੇ ਉੱਪਰ ਜਿਹੜਾ ਕ੍ਰਾਈਮ ਸੀਨ ਆ, ਜੋ ਕਾਰਤੂਸ ਨੇ ਚੱਲੇ ਹੋਏ ਖੋਲ ਨੇ, ਉਹਨਾਂ ਦੀ ਜਿਹੜੀ ਹੈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਔਰ ਮੌਕੇ ਦੀ ਇਹ ਤਸਵੀਰ ਹੈ। ਤਾਂ ਦਾਊ ਪਿੰਡ ਆ ਖਰੜ ਦੇ ਨਜ਼ਦੀਕ, ਦਾਊ ਪਿੰਡ ਤੋਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਕਾਰਤੂਸ ਜਿਹੜੇ ਨੇ ਉਹ ਖੋਲ ਮੌਕੇ ਦੇ ਉੱਪਰ ਜਿਹੜੇ ਨਿਸ਼ਾਨਦੇਹੀ ਕੀਤੀ ਹੈ ਪੁਲਿਸ ਨੇ ਔਰ ਸਾਹਮਣੇ ਮੋਟਰਸਾਈਕਲ ਜਿਹੜਾ ਉਸਨੂੰ ਖੋਲ੍ਹ ਕੇ ਦੇਖਿਆ ਜਾ ਰਿਹਾ ਕਿ ਉਹਦੇ ਵਿੱਚੋਂ ਕੋਈ ਜਿਹੜਾ ਉਸਦੇ ਅੰਦਰ ਕੋਈ ਅਸਲਾ ਜਾਂ ਕੋਈ ਹੋਰ ਚੀਜ਼ ਤਾਂ ਨਹੀਂ, ਇਹ ਚੀਜ਼ ਜਿਹੜੀ ਹੈ ਦੇਖੀ ਜਾ ਰਹੀ ਹੈ। ਤਾਂ ਮੌਕੇ ਦੇ ਉੱਪਰ ਦੀ ਮੌਕੇ ਦੀ ਇਹ ਤਸਵੀਰ ਹੈ ਦਾਊ ਪਿੰਡ ਦੀ ਜਿਹੜੀ ਇਹ ਤਸਵੀਰ ਹੈ ਔਰ ਉੱਥੇ ਹੀ ਦੇਖ ਸਕਦੇ ਹੋ ਤੁਸੀਂ ਕਿ ਪੂਰਾ ਦਾ ਪੂਰਾ ਕ੍ਰਾਈਮ ਸੀਨ ਜਿਸ ਨੂੰ ਕਿ ਕਵਰ ਕਰ ਦਿੱਤਾ ਗਿਆ ਔਰ ਇਸ ਪਾਸੇ ਦੋ ਵੈਪਨ ਵੀ ਪਏ ਆ, ਇੱਕ ਵੈਪਨ ਸਾਹਮਣੇ ਪਿਆ ਪੈਰਾਂ ਦੇ ਵਿੱਚ ਔਰ ਉੱਥੇ ਹੀ ਦੂਸਰਾ ਵੈਪਨ ਜਿਹੜਾ ਇਸ ਪਾਸੇ ਵੀ ਪਿਆ, ਤਾਂ ਨਿਸ਼ਾਨਦੇਹੀ ਕੀਤੀ ਗਈ ਹੈ। ਤਾਂ ਹੁਣ FSL ਦੀ ਟੀਮ ਜਿਹੜੀ ਹੈ, ਜੋ ਫੋਰੈਂਸਿਕ ਟੀਮ ਹੈ, ਉਹ ਮੌਕੇ ਦੇ ਉੱਪਰ ਪਹੁੰਚੀ ਹੈ, ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੋਟਰਸਾਈਕਲ ਦੇ ਵੀ ਨਟ ਬੋਲਟ ਖੋਲ੍ਹ ਕੇ ਪੜਤਾਲ ਕੀਤੀ ਜਾ ਰਹੀ ਹੈ, ਦੇਖਿਆ ਜਾ ਰਿਹਾ, ਪੂਰੇ ਕਲੂ ਕਲੈਕਟ ਕੀਤੇ ਜਾ ਰਹੇ ਆ। ਤਾਂ ਇਹ ਦਾਊ ਪਿੰਡ ਆ, ਦਾਊ ਪਿੰਡ ਜਿੱਥੇ ਕਿ ਬਦਮਾਸ਼ ਜਾ ਰਹੇ ਸੀ ਦੱਸਿਆ ਜਾ ਰਿਹਾ, ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਲੱਕੀ ਪਟਿਆਲ ਦੇ ਸੰਪਰਕ ਦੇ ਵਿੱਚ ਰਹਿਣ ਵਾਲੇ ਇਹ ਦੋ ਮੁੰਡੇ ਸੀਗੇ, ਦੋ ਬਦਮਾਸ਼ ਜਿਨ੍ਹਾਂ ਦੇ ਕੋਲੋਂ ਦੋ ਆਟੋਮੈਟਿਕ ਵੈਪਨ ਮਿਲੇ ਨੇ। ਤਾਂ ਉਹਨਾਂ ਦੀ ਪਹਿਲਾਂ ਪੁਲਿਸ ਦੀ ਗੱਡੀ ਦੇ ਨਾਲ ਟੱਕਰ ਹੁੰਦੀ ਹੈ, ਪੂਰਾ ਦਾ ਪੂਰਾ ਸੀਨ ਸਮਝਾਉਣ ਦੀ ਵੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ, ਪਰ ਪਹਿਲਾਂ ਆਹ ਤਸਵੀਰ ਦੇਖ ਲੈਂਦੇ ਹਾਂ ਕਿ ਪੁਲਿਸ ਕਰ ਕੀ ਰਹੀ ਹੈ ਮੌਕੇ ਦੇ ਉੱਪਰ। ਜਿਹੜੀ ਅਸੀਂ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਤਾਂ ਇਹਦੇ ਵਿੱਚੋਂ ਕੁਛ ਨਿਕਲਦਾ ਜਾਂ ਨਹੀਂ ਨਿਕਲਦਾ, ਕਿਉਂਕਿ ਮੌਕੇ ਦੇ ਉੱਪਰ ਜਿਸ ਤਰੀਕੇ ਦੇ ਨਾਲ ਪੁਲਿਸ ਲਗਾਤਾਰ ਦੇਖ ਰਹੀ ਹੈ, ਮੋਟਰਸਾਈਕਲ ਦਾ ਜਿਹੜਾ ਬਕਸਾ ਖੋਲ੍ਹਿਆ ਗਿਆ ਉਹਦੇ ਵਿੱਚੋਂ ਦੇਖਿਆ ਜਾ ਰਿਹਾ ਮੌਕੇ ਦੇ ਉੱਪਰ ਕੀ ਕੁਛ ਉਹਦੇ ਵਿੱਚ ਹੈਗਾ ਜਾਂ ਨਹੀਂ ਹੈਗਾ। ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਵੈਪਨ ਇਹਨਾਂ ਦੇ ਕੋਲੋਂ ਮਿਲੇ ਆ, ਤਾਂ ਕੀ ਅੰਦਰ ਵੀ ਕੋਈ ਹੋਰ ਵੈਪਨ ਵੀ ਰੱਖੇ ਹੋਏ ਆ ਜਾਂ ਨਹੀਂ, ਤਾਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਣ ਦੀ ਮੌਕੇ ਦੇ ਉੱਪਰ ਹੀ।
ਤਾਂ ਇਸ ਬੰਨੇ ਕ੍ਰਾਈਮ ਸੀਨ ਨੂੰ ਪੂਰੇ ਨੂੰ ਕਵਰ ਕਰ ਦਿੱਤਾ ਗਿਆ ਔਰ ਉਹ ਪੂਰਾ ਦਾ ਪੂਰਾ ਬਕਸਾ ਜਿਹੜਾ ਉਹ ਖੋਲ ਰੱਖਿਆ ਔਰ ਫੋਟੋਗ੍ਰਾਫੀ ਬਕਾਇਦਾ ਤੌਰ ਤੇ ਉਸਦੀ ਕੀਤੀ ਜਾ ਰਹੀ ਹੈ, ਤਾਂ ਫੋਟੋਆਂ ਲਈਆਂ ਜਾ ਰਹੀਆਂ, ਫੋਟੋਗ੍ਰਾਫੀ ਕੀਤੀ ਜਾ ਰਹੀ ਹੈ ਔਰ ਉੱਥੇ ਹੀ ਜਿਹੜੇ ਚੱਲੇ ਹੋਏ ਖੋਲ ਆ ਕਾਰਤੂਸ ਜਿਹੜੇ ਨੇ ਉਹ ਕਲੈਕਟ ਕੀਤੇ ਜਾ ਰਹੇ ਆ ਔਰ ਉਹਨਾਂ ਦੀ ਨਿਸ਼ਾਨਦੇਹੀ ਕਰ ਲਈ ਗਈ, ਘੇਰਾਬੰਦੀ ਉਹਨਾਂ ਦੀ ਕਰ ਦਿੱਤੀ ਗਈ ਹੈ, ਤਾਂ ਕਿ ਨਿਸ਼ਾਨਬੰਦੀ ਉਹਨਾਂ ਦੇ ਉੱਪਰ ਕਰ ਦਿੱਤੀ ਗਈ, ਨਿਸ਼ਾਨ ਲਾ ਲਏ ਗਏ ਆ ਔਰ ਹੁਣ ਬਾਕੀ ਦੇ ਜਿਹੜੇ ਕਾਰਤੂਸ ਆ ਉਹ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਕਾਰਤੂਸ ਜਿੰਨੇ ਕੁ ਚੱਲੇ ਨੇ ਤਾਂ ਉਹਨਾਂ ਨੂੰ ਕਲੈਕਟ ਕੀਤਾ ਜਾ ਰਿਹਾ, ਵੈਪਨ ਮੌਕੇ ਦੇ ਉੱਪਰ ਬਰਾਮਦ ਹੋਏ ਆ ਜਿਹੜੇ ਹੁਣ ਜੜ ਦਿੱਤਾ ਗਿਆ, ਮੋਟਰਸਾਈਕਲ ਦਾ ਦੇ ਜਿਹੜੇ ਨਟ ਬੋਲਟ ਨੇ ਜਿਹੜਾ ਕਿਉਂਕਿ ਬਕਸਾ ਪੂਰਾ ਦਾ ਪੂਰਾ ਖੋਲਿਆ ਗਿਆ ਸੀ ਔਰ ਥੱਲੇ ਇੱਕ ਪਿਸਟਲ ਪਿਆ ਇਸ ਬੰਨੇ, ਇੱਕ ਪਿਸਟਲ ਇੱਧਰਲੇ ਬੰਨੇ, ਦੋ ਪਿਸਟਲ ਪਏ ਆ ਔਰ ਖੋਲ ਜਿਹੜੇ ਆ ਇਹਨਾਂ ਦੇ ਕੋਲੋਂ ਬਰਾਮਦ ਹੋਏ ਆ। ਤਾਂ DSP ਗੁਰਸ਼ੇਰ ਸੰਧੂ ਤੇ CIA ਇੰਚਾਰਜ ਸ਼ਿਵ ਕੁਮਾਰ ਜੋ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ, ਤਾਂ ਲਗਾਤਾਰ ਪੂਰੀ ਦੀ ਪੂਰੀ ਟੀਮ ਜੋ ਹੈ ਉਹ ਪਿੱਛਾ ਕਰ ਰਹੀ ਸੀ ਔਰ ਹੁਣ ਬਾਕੀ ਦੇ ਜੋ ਜਵਾਨ ਨੇ, ਤਾਂ ਗੁਰਸ਼ੇਰ ਸੰਧੂ ਕੀ ਕਹਿ ਰਹੇ ਨੇ, DSP ਗੁਰਸ਼ੇਰ ਸੰਧੂ ਬਰੀਫ ਕਰ ਰਹੇ ਨੇ ਔਰ ਗੱਲਬਾਤ ਕਰਦੇ ਹਾਂ। ਇਹ ਕੌਣ ਨੇ, ਇਹ ਕਿਸ ਤਰ੍ਹਾਂ ਦੀ ਪੂਰਾ ਆਪਰੇਸ਼ਨ ਹੋਇਆ? ਤੱਕੀ ਪਟਾਲ ਗੈਂਗ ਦੇ ਐਸੋਸੀਏਟ ਆ, ਪ੍ਰਿੰਸ ਚੌਹਾਨ ਆ, ਕੈਨੇਡਾ ਦੇ ਵਿੱਚ ਰਹਿ ਰਿਹਾ ਔਰ ਐਕਸਟੋਰਸ਼ਨ ਦੇ ਵਿੱਚ ਕਾਫੀ ਕੇਸਾਂ ਦੇ ਵਿੱਚ ਇੱਥੇ ਆਪਾਂ ਨੂੰ ਲੋੜੀਂਦਾ ਆਪਣੇ ਮੋਹਾਲੀ ਚਾਮਪੁਰ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਬੜੀ ਇਹਨੇ ਕੌਸ ਕੀਤੀਆਂ। ਇੱਕ 8 ਤਰੀਕ ਦਾ ਸੀਗਾ, ਉਹਦੇ ਵਿੱਚ ਇਹਨੇ ਕਰਾਲੀ 'ਚ ਕੋਈ ਫਾਇਰਿੰਗ ਕਰਾਉਣੀ ਸੀਗੀ, ਇਹ ਦੋਵੇਂ ਮੁੰਡੇ ਉੱਚ ਸਾਨੂੰ ਲੁੜੀਂਦੇ ਸੀ ਔਰ ਇਹਦੇ ਜਿਹੜੇ ਐਕਟਿਵ ਮੈਂਬਰ ਸੀ ਔਰ ਇਹਨਾਂ ਦੇ ਬਹੁਤ ਕੇਸ ਦਰਜ ਨੇ ਆਲਰੇਡੀ। ਨਾਮ ਕੀ ਇਹਨਾਂ ਦਾ ਭਾਜੀ? ਤੇ ਇਹ ਪ੍ਰਦੀਪ ਤੇ ਪ੍ਰਿੰਸਪਾਲ, ਤੇ ਪ੍ਰਿੰਸੀਪਲ ਜੋ ਕਿ ਹਰਿਆਣਾ ਦੇ ਰਹਿਣ ਵਾਲੇ ਨੇ, ਤਾਂ ਮੌਕੇ ਦੇ ਉੱਪਰ ਪੂਰਾ ਦਾ ਪੂਰਾ ਐਕਸ਼ਨ ਹੋਇਆ ਔਰ ਹੁਣ ਸੀਨੀਅਰ ਅਧਿਕਾਰੀ ਵੀ ਮੌਕੇ ਦੇ ਉੱਪਰ ਪਹੁੰਚ ਚੁੱਕੇ ਆ। ਇਹਨਾਂ ਨੂੰ ਬਰੀਫ ਕੀਤਾ ਜਾਏਗਾ, ਇਹਨਾਂ ਨੂੰ ਪੂਰੀ ਦੀ ਪੂਰੀ ਜਾਣਕਾਰੀ ਦਿੱਤੀ ਜਾਏਗੀ। ਜਿੱਥੇ ਕਿ ਦੋ ਬਦਮਾਸ਼ਾਂ ਨੂੰ ਘੇਰਿਆ ਗਿਆ ਸੀ, ਤਾਂ ਡਾਕਟਰ ਸੰਦੀਪ ਗਰਗ SSP ਮੋਹਾਲੀ ਮੌਕੇ ਦੇ ਉੱਪਰ ਪਹੁੰਚੇ ਆ, ਜਿੱਥੇ ਕਿ ਦੋਹਾਂ ਬਦਮਾਸ਼ਾਂ ਨੂੰ ਘੇਰਿਆ ਗਿਆ ਔਰ DSP ਗੁਰਸ਼ੇਰ ਸੰਧੂ ਤੇ ਸ਼ਿਵ ਕੁਮਾਰ ਜੋ CIA ਇੰਚਾਰਜ ਆ ਉਹ ਬਰੀਫ ਕਰ ਰਹੇ ਨੇ ਉਹਨਾਂ ਨੂੰ, ਤਾਂ ਉਸ ਤੋਂ ਬਾਅਦ ਫਿਰ ਜਾਣਕਾਰੀ ਜਿਹੜੀ ਪੂਰੀ ਦੀ ਪੂਰੀ ਆ ਉਹ ਲਈ ਜਾਏਗੀ। ਤਾਂ ਪੂਰੀ ਦੀ ਪੂਰੀ ਜਾਣਕਾਰੀ ਜਿਹੜੀ ਆ ਬਰੀਫ ਕੀਤੀ ਜਾ ਰਹੀ ਹੈ DSP ਦੇ ਵੱਲੋਂ। ਤਾਂ ਇਹ ਪੂਰਾ ਦਾ ਪੂਰਾ ਕ੍ਰਾਈਮ ਸੀਨ ਆ ਜਿਹਨੂੰ ਕਿ ਪੂਰਾ ਵਲ ਦਿੱਤਾ ਗਿਆ, ਘੇਰਾਬੰਦੀ ਕਰ ਦਿੱਤੀ ਗਈ ਹੈ ਔਰ ਮੌਕੇ ਦੇ ਉੱਪਰ ਹੁਣ ਦੇਖਣਗੇ ਡਿਟੇਲਸ, ਕਿਉਂਕਿ ਡਾਕਟਰ ਸੰਦੀਪ ਗਰਗ ਕਹਿੰਦੇ ਕਿ ਪਹਿਲਾਂ ਮੌਕਾ ਅਸੀਂ ਦੇਖ ਲਈਏ, ਮੌਕੇ ਦੇ ਉੱਪਰ ਹੈ ਕੀ ਆ, ਕਿੰਨੇ ਕਾਰਤੂਸ ਚੱਲੇ ਆ, ਕੀ ਕੁਛ ਹੋਇਆ, ਪੂਰੀ ਦੀ ਪੂਰੀ ਘਟਨਾ ਜਿਹੜੀ ਆ ਉਹ ਬਰੀਫ ਕੀਤੀ ਜਾ ਰਹੀ ਹੈ, ਪੂਰੀ ਦੀ ਪੂਰੀ ਘਟਨਾ ਜਿਹੜੀ ਆ ਉਹ DSP ਦੇ ਵੱਲੋਂ ਬਰੀਫ ਕੀਤੀ ਜਾ ਰਹੀ ਹੈ ਮੌਕੇ ਦੇ ਉੱਪਰ। ਔਰ ਕਿਉਂਕਿ ਪੂਰਾ ਜਿਸ ਤਰੀਕੇ ਦੇ ਨਾਲ ਘੇਰਾਬੰਦੀ ਕੀਤੀ ਗਈ, ਤਾਂ ਲੱਕੀ ਪਟਿਆਲ ਦੇ ਬੰਦੇ ਨੇ ਪ੍ਰਿੰਸ ਤੇ ਪ੍ਰਦੀਪ, ਫਾਇਰਿੰਗ ਹੋਈ ਆ ਆਪਸ ਦੇ ਵਿੱਚ, ਕ੍ਰੋਸ ਫਾਇਰਿੰਗ ਵੀ ਦੱਸੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਦੋਹਾਂ ਬਦਮਾਸ਼ਾਂ ਦੇ ਲੱਤਾਂ 'ਚ ਗੋਲੀਆਂ ਪੁਲਿਸ ਦੇ ਵੱਲੋਂ ਮਾਰੀਆਂ ਗਈਆਂ, ਲੱਤਾਂ 'ਚ ਗੋਲੀਆਂ ਮਾਰ ਕੇ ਉਹਨਾਂ ਨੂੰ ਸੁੱਟਿਆ ਗਿਆ ਔਰ ਉਸ ਤੋਂ ਬਾਅਦ ਫਿਰ ਇਹ ਬਦਮਾਸ਼ ਜਿਹੜੇ ਆ ਹੋਸਪਿਟਲ ਇਹਨਾਂ ਨੂੰ ਭੇਜ ਦਿੱਤਾ ਗਿਆ। ਤਾਂ ਵੱਡੀ ਅਪਡੇਟ ਤੁਹਾਨੂੰ ਅਸੀਂ ਦੇ ਰਹੇ ਹਾਂ, ਦਾਊ ਪਿੰਡ ਆ ਜੋ ਕਿ ਮੋਹਾਲੀ ਦਾ ਪਿੰਡ ਆ ਦਾਊ, ਔਰ ਉੱਥੇ ਇਹ ਬਦਮਾਸ਼ ਜਿਹੜਾ ਚੋਰ ਮੋਰੀਆਂ ਵਾਲਾ ਰਸਤਾ ਉਹਦੇ ਵਿੱਚ ਦੀ ਆ ਰਹੇ ਸੀਗੇ। ਤਾਂ ਪੁਲਿਸ ਨੂੰ ਇਹਨਾਂ ਦੀ ਇਨਫੋਰਮੇਸ਼ਨ ਵੀ ਸੀ, ਫਰੌਤੀਆਂ ਐਕਸਟੋਰਸ਼ਨ ਦੇ ਕੇਸਾਂ ਦੇ ਵਿੱਚ ਇਹ ਲੋੜੀਂਦੇ ਸੀਗੇ ਇਹ ਬਦਮਾਸ਼ ਜੋ ਨੇ, ਔਰ ਉਸ ਤੋਂ ਬਾਅਦ ਫਿਰ ਲਗਾਤਾਰ ਪੁਲਿਸ ਟਰੈਕ ਵੀ ਕਰ ਰਹੀ ਸੀ ਇਹਨਾਂ ਨੂੰ। ਤਾਂ ਸਾਹਮਣੇ ਇੱਕ ਸਵਿਫਟ ਗੱਡੀ ਖੜੀ ਹੈ, ਜਸ਼ਨ ਉਹ ਗੱਡੀ ਸਾਹਮਣੇ ਦਿਖਾ ਦਿਓ, ਉਹਦਾ ਸ਼ੀਸ਼ਾ ਜਿਹੜਾ ਸ਼ੀਸ਼ੇ ਦੇ ਉੱਪਰ ਸਾਹਮਣੇ ਜਿਹੜਾ ਦੇਖ ਸਕਦੇ ਹੋ ਤੁਸੀਂ, ਤਾਂ ਉਹ ਸਵਿਫਟ ਗੱਡੀ ਜਿਹੜੀ ਆ ਉਸ ਸਵਿਫਟ ਗੱਡੀ ਦੇ ਨਾਲ ਟੱਕਰ ਵੀ ਹੁੰਦੀ ਆ ਪਹਿਲਾਂ ਬਦਮਾਸ਼ਾਂ ਦੀ, ਇਸ ਸਵਿਫਟ ਗੱਡੀ ਦੇ ਨਾਲ ਟੱਕਰ ਹੁੰਦੀ ਆ ਔਰ ਉਸ ਤੋਂ ਬਾਅਦ ਫਿਰ ਇਹ ਬਦਮਾਸ਼ ਜਿਹੜੇ ਨੇ ਪੁਲਿਸ ਦੇ ਨਾਲ ਇਹਨਾਂ ਦਾ ਟਾਕਰਾ ਹੁੰਦਾ, ਤਾਂ ਉਸ ਤੋਂ ਬਾਅਦ ਫਿਰ ਜਦੋਂ ਫਾਇਰਿੰਗ ਹੁੰਦੀ ਆ ਤਾਂ ਫਿਰ ਇਹ ਬਦਮਾਸ਼ ਸੁੱਟ ਲਏ ਜਾਂਦੇ ਆ ਮੌਕੇ ਦੇ ਉੱਪਰ। ਤਾਂ ਮੌਕੇ ਦੀ
ਵੀਡੀਓ ਵੀ ਨਿਕਲ ਕੇ ਸਾਹਮਣੇ ਆਈ ਹੈ, ਉਹ ਵੀਡੀਓ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਹਦੇ ਵਿੱਚ ਕੀ ਹੈ ਮੌਕੇ ਦਾ ਮਾਹੌਲ, ਜਿਹੜਾ ਕਿ ਕਿਸ ਤਰ੍ਹਾਂ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ, ਤਾਂ ਉਹ ਮੌਕੇ 'ਤੇ ਪੁੱਛਗਿੱਛ ਦੀ ਵੀ ਵੀਡੀਓ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ। ਤਾਂ ਹੁਣ ਇਸ ਥਾਂ ਦੇ ਉੱਪਰ ਸੁੱਟਿਆ ਗਿਆ ਸੀ ਬਦਮਾਸ਼ਾਂ ਨੂੰ, ਔਰ ਸਾਹਮਣੇ ਜਿਹੜਾ ਮੋਟਰਸਾਈਕਲ ਪਿਆ ਇਸੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਇਹ ਬਦਮਾਸ਼ ਜਾ ਰਹੇ ਸੀ। ਬੰਬੀਹਾ ਗੈਂਗ ਨਾਲ ਸੰਬੰਧਿਤ ਨੇ ਔਰ ਲੱਕੀ ਪਟਿਆਲ ਦੇ ਸੰਪਰਕ ਦੇ ਵਿੱਚ ਸੀਗੇ ਇਹ ਬਦਮਾਸ਼। ਲੱਕੀ ਪਟਿਆਲ ਨਾਲ ਲਗਾਤਾਰ ਇਹਨਾਂ ਦੀ ਗੱਲਬਾਤ ਵੀ ਹੁੰਦੀ ਸੀ ਔਰ ਐਕਸਟੋਰਸ਼ਨ ਯਾਨੀ ਕਿ ਫਰੌਤੀਆਂ ਦੇ ਕੇਸਾਂ ਦੇ ਵਿੱਚ ਇਹ ਲੋੜੀਂਦੇ ਨੇ, ਫਰੌਤੀਆਂ ਇਹ ਮੰਗਦੇ ਸੀ, ਲਗਾਤਾਰ ਫਰੌਤੀਆਂ ਇਹਨਾਂ ਨੇ ਲਈਆਂ ਵੀ, ਉਹਨਾਂ ਕੇਸਾਂ ਦੇ ਵਿੱਚ ਪੁਲਿਸ ਨੂੰ ਲਗਾਤਾਰ ਭਾਲ ਵੀ ਸੀ ਇਹਨਾਂ ਦੀ। ਤਾਂ ਹੁਣ ਮੌਕੇ ਦੇ ਉੱਪਰ ਫੋਰੈਂਸਿਕ ਦੀ ਟੀਮ ਪਹੁੰਚੀ ਹੋਈ ਹੈ, ਉਹਨਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੌਕੇ ਦੇ ਉੱਪਰ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਕਿ ਕਿੰਨੇ ਰਾਊਂਡ ਚੱਲਿਆ ਕਾਰਤੂਸ, ਔਰ ਇਹਨਾਂ ਦੇ ਕੋਲ ਵੀ ਆਟੋਮੈਟਿਕ ਪਿਸਟਲ ਸੀਗੇ, ਕਿਉਂਕਿ ਇੱਕ ਪਿਸਟਲ ਸਾਹਮਣੇ ਜਿਹੜਾ ਪੈਰਾਂ ਦੇ ਵਿੱਚ ਪਿਆ ਨਜ਼ਰ ਆ ਰਿਹਾ ਥੱਲੇ ਡਿੱਗਿਆ ਹੋਇਆ, ਔਰ ਇੱਕ ਪਿਸਟਲ ਇਸ ਬੰਨੇ ਜਿੱਥੇ SSP ਖੜੇ ਨੇ ਉਹਨਾਂ ਦੇ ਨਜ਼ਦੀਕ ਵੀ ਪੈਰਾਂ ਦੇ ਵਿੱਚ ਇੱਕ ਪਿਸਟਲ ਇੱਕ ਵੈਪਨ ਪਿਆ। ਤਾਂ ਫੁੱਲੀ ਆਟੋਮੈਟਿਕ ਇਹ ਵੈਪਨ ਕਿੱਥੋਂ ਆਏ ਇਹਨਾਂ ਦੇ ਕੋਲ, ਇਸ ਦੇ ਬਾਰੇ ਵੀ ਪੁਲਿਸ ਪੁੱਛਗਿੱਛ ਕਰੇਗੀ, ਕਿਉਂਕਿ ਹਥਿਆਰ ਕਿੱਥੋਂ ਇਹਨਾਂ ਨੂੰ ਕੌਣ ਮੁਹੱਈਆ ਕਰਵਾ ਰਿਹਾ ਇਹਨਾਂ ਦੇ ਬਾਰੇ ਵੀ ਪੁਲਿਸ ਡਿਟੇਲ ਦੇ ਵਿੱਚ ਲਵੇਗੀ ਜਾਣਕਾਰੀ ਕਿ ਆਖਿਰ ਕੌਣ ਇਹਨਾਂ ਨੂੰ ਹਥਿਆਰ ਬਦਮਾਸ਼ਾਂ ਨੂੰ ਮੁਹੱਈਆ ਕਰਵਾਉਂਦਾ, ਕਿੱਥੋਂ ਇਹਨਾਂ ਦੇ ਕੋਲ ਹਥਿਆਰ ਆਉਂਦੇ ਆ, ਤਾਂ ਇਹਨਾਂ ਦਾ ਕੀ ਲਿੰਕ ਕਿਹਦੇ ਨਾਲ ਜੁੜਦਾ। ਇਹ ਤਾਂ ਜ਼ਰੂਰ ਉਹਨਾਂ ਨੇ ਪਹਿਲਾਂ ਬਰੀਫ ਕੀਤਾ ਪ੍ਰਾਇਮਰੀ ਤੌਰ 'ਤੇ ਕਿ ਲੱਕੀ ਪਟਿਆਲ ਦੇ ਸੰਪਰਕ ਦੇ ਵਿੱਚ ਸੀ ਔਰ ਬੰਬੀਹਾ ਗੈਂਗ ਦੇ ਇਹ ਐਕਟਿਵ ਮੈਂਬਰ ਸੀਗੇ ਔਰ ਕਾਫੀ ਵਾਰਦਾਤਾਂ ਦੇ ਵਿੱਚ ਇਨਵੋਲਵ ਸੀ, ਕਾਫੀ ਵਾਰਦਾਤਾਂ ਨੂੰ ਅੰਜਾਮ ਇਹਨਾਂ ਬਦਮਾਸ਼ਾਂ ਨੇ ਦਿੱਤਾ। ਤਾਂ ਮੌਕਾ ਦਿਖਾਇਆ ਜਾ ਰਿਹਾ SSP ਡਾਕਟਰ ਸੰਦੀਪ ਗਰਗ ਹੋਣਾ ਨੂੰ ਔਰ ਇਕੱਲੇ ਇਕੱਲੇ ਸਬੂਤ ਜਿਹੜੇ ਆ ਉਹ ਕਲੈਕਟ ਕੀਤੇ ਜਾ ਰਹੇ ਆ। ਤਾਂ ਹੋਰ ਵੀ ਦੇਖਿਆ ਜਾ ਰਿਹਾ ਕਿ ਕਿਤੇ ਕਿਉਂਕਿ ਇਕੱਲੇ ਇਕੱਲੇ ਥਾਵਾਂ 'ਤੇ ਨਿਸ਼ਾਨਦੇਹੀ ਵੀ ਕੀਤੀ ਜਾ ਰਹੀ ਹੈ ਕਿ ਆਖਿਰ ਮੌਕੇ ਦੇ ਉੱਪਰ ਜਿਸ ਤਰੀਕੇ ਦੇ ਨਾਲ ਕੋਈ ਮੋਟਰਸਾਈਕਲ ਦੇ ਵਾਈਜ਼ਰ ਦੇ ਵਿੱਚ ਜਾਂ ਕਿਤੇ ਹੋਰ ਤਾਂ ਨਹੀਂ ਇਹਨਾਂ ਨੇ ਕੋਈ ਕਾਰਤੂਸ ਜਾਂ ਕੋਈ ਹੋਰ ਅਸਲਾ ਲੁਕੂ ਰੱਖਿਆ ਹੋਵੇ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖੀਆਂ ਜਾ ਰਹੀਆਂ ਨੇ। ਤਾਂ ਇਹ ਦਾਊ ਪਿੰਡ ਦੀ ਤਸਵੀਰ ਹੈ, ਫੋਰੈਂਸਿਕ ਦੀ ਟੀਮ ਮੌਕੇ ਦੇ ਉੱਪਰ ਪਹੁੰਚੀ ਹੋਈ ਹੈ, ਮੌਕੇ 'ਤੇ ਸੀਨੀਅਰ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਹੋਏ ਆ, ਉਹਨਾਂ ਦੇ ਵੱਲੋਂ ਪੂਰੀ ਡਿਟੇਲਿੰਗ ਲਈ ਜਾ ਰਹੀ ਹੈ। ਤਾਂ SSP ਨੂੰ ਬਰੀਫ ਕਰ ਰਹੇ ਨੇ DSP ਸੰਧੂ ਹੋਣੀ। ਤਾਂ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਨੇ ਮੁਹਿੰਮ ਚਲਾਈ ਹੋਈ ਹੈ ਗੈਂਗਸਟਰਾਂ ਦੇ ਖਿਲਾਫ, ਉਸੇ ਕੜੀ ਦੇ ਵਿੱਚ ਇੱਕ ਹੋਰ ਆਪਰੇਸ਼ਨ ਕਿਹਾ ਜਾ ਸਕਦਾ ਮੋਹਾਲੀ ਪੁਲਿਸ ਦਾ, ਤਾਂ ਦਾਊ ਪਿੰਡ ਦੇ ਨਜ਼ਦੀਕ ਬਦਮਾਸ਼ਾਂ ਨੂੰ ਘੇਰਿਆ ਗਿਆ ਜਦੋਂ, ਔਰ ਉਸ ਤੋਂ ਬਾਅਦ ਫਿਰ ਪਹਿਲਾਂ ਜਦੋਂ ਭੱਜਣ ਲੱਗਦੇ ਆ ਤਾਂ ਪਹਿਲਾਂ ਪੁਲਿਸ ਦੀ ਗੱਡੀ ਦੇ ਨਾਲ ਇਹਨਾਂ ਦੀ ਟੱਕਰ ਹੁੰਦੀ ਹੈ ਔਰ ਉਸ ਤੋਂ ਬਾਅਦ ਫਿਰ ਇਹ ਜਦੋਂ ਭੱਜਣ ਲੱਗਦੇ ਆ ਦੱਸਿਆ ਜਾਂਦਾ ਕਿ ਭੱਜਦੇ ਨੇ, ਇਹਨਾਂ ਨੇ ਭੱਜਣ ਦੇ ਲਈ ਸਕੇਪ ਕਰਨ ਦੇ ਲਈ ਇਹਨਾਂ ਨੇ ਫਾਇਰਿੰਗ ਵੀ ਕੀਤੀ ਹੈ ਔਰ ਉਸ ਤੋਂ ਬਾਅਦ ਫਿਰ ਪੁਲਿਸ ਵੀ ਜਿਹੜਾ ਫਾਇਰ ਕਰਦੀ ਹੈ। ਇਹ ਜਿਹੜੀ ਜਾਣਕਾਰੀ ਪ੍ਰਾਇਮਰੀ ਤੌਰ 'ਤੇ DSP ਗੁਰਸ਼ੇਰ ਸੰਧੂ ਨੇ ਦਿੱਤੀ ਹੈ। ਤਾਂ ਪ੍ਰਿੰਸ ਅਤੇ ਪ੍ਰਦੀਪ ਨਾਂ ਦੇ ਦੋ ਬਦਮਾਸ਼ ਨੇ, ਦੋ ਗੈਂਗਸਟਰ ਨੇ, ਐਕਟਿਵ ਮੈਂਬਰ ਨੇ ਜਿਹੜੇ ਬੰਬੀਹਾ ਗਰੁੱਪ ਦੇ, ਬੰਬੀਹਾ ਗੈਂਗ ਦੇ, ਉਹਨਾਂ ਨੂੰ ਸੁੱਟਿਆ ਇੱਥੇ, ਉਹਨਾਂ ਨੂੰ ਮੌਕੇ ਦੇ ਉੱਪਰ ਸੁੱਟਿਆ ਔਰ ਗੋਲੀਆਂ ਵੱਜਣ ਤੋਂ ਬਾਅਦ ਉਹਨਾਂ ਨੂੰ ਹੋਸਪਿਟਲ ਭਰਤੀ ਕਰਵਾ ਦਿੱਤਾ ਗਿਆ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ, ਮੌਕੇ ਤੋਂ ਪ੍ਰੋ ਪੰਜਾਬ TV 'ਤੇ ਅਸੀਂ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਮੌਕੇ ਦੇ ਉੱਪਰ ਕੀ ਹੋ ਰਿਹਾ, ਜਿੱਥੇ ਆਪਰੇਸ਼ਨ ਥੋੜ੍ਹੀ ਦੇਰ ਪਹਿਲਾਂ ਖਤਮ ਹੋਇਆ ਇੱਥੇ, ਕਿਉਂਕਿ ਲਗਾਤਾਰ ਪੁਲਿਸ ਜੋ ਹੈ ਪਿੱਛਾ ਕਰ ਰਹੀ ਸੀ ਇਹਨਾਂ ਬਦਮਾਸ਼ਾਂ ਦਾ, ਲਗਾਤਾਰ ਕੜੀ ਦੇ ਨਾਲ ਕੜੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੌਕੇ ਦੇ ਉੱਪਰ। ਤਾਂ ਇਹ ਮੌਕੇ ਦਾ ਵੀਡੀਓ ਜਿਹੜਾ ਉਹ ਵੀ ਦਿਖਾਇਆ ਜਾ ਰਿਹਾ, ਮੌਕੇ ਦੇ ਉੱਪਰ ਕੀ ਚੱਲ ਰਿਹਾ ਸੀ, ਮੌਕੇ ਦੇ ਉੱਪਰ ਹੋਇਆ ਕੀ ਕੁਝ, ਤਾਂ ਮੌਕੇ 'ਤੇ ਕਿੰਨੇ ਰਾਊਂਡ ਫਾਇਰ ਹੋਏ ਆ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਔਰ ਉਹ ਬਕਾਇਦਾ ਤੌਰ 'ਤੇ ਪੂਰੀ ਡਿਟੇਲ ਵੀ 4 ਤੋਂ 5 ਦੇ ਕਰੀਬ ਰਾਊਂਡ
ਫਾਇਰ ਹੋਏ ਆ ਸ਼ਾਇਦ ਮੌਕੇ ਦੇ ਉੱਪਰ, ਕਿਉਂਕਿ 4-5 ਨਿਸ਼ਾਨ ਲੱਗੇ ਹੋਏ ਪੁਲਿਸ ਦੇ ਵੱਲੋਂ ਨਜ਼ਰ ਆ ਰਹੇ ਆ ਸਾਹਮਣੇ ਸਾਹਮਣੇ 4-5 ਨਿਸ਼ਾਨ ਜਿਹੜੇ ਸਕੋਰਪੀਓ ਗੱਡੀ ਦੇ ਇੱਕ ਅਗਲੇ ਟਾਇਰ ਦੇ ਨਾਲ 4 ਨੰਬਰ ਲਿਖਿਆ ਹੋਇਆ ਔਰ ਵਿਚਾਲੇ ਪਿਛਲੇ ਟਾਇਰ ਦੇ ਔਰ ਅਗਲੇ ਟਾਇਰ ਦੇ ਵਿਚਾਲੇ 3 ਨੰਬਰ ਲਿਖਿਆ ਹੋਇਆ ਨਜ਼ਰ ਆ ਰਿਹਾ। ਤਾਂ 3-4 ਰਾਊਂਡ ਫਾਇਰ ਯਾਨੀ ਹੋਏ ਆ ਔਰ 4 ਇੱਥੇ ਕਾਰਤੂਸ ਨੇ ਔਰ 2 ਵੈਪਨ ਇੱਥੇ ਪਏ ਨਜ਼ਰ ਆ ਰਹੇ ਆ। ਤਾਂ ਇਕੱਲੀ ਇਕੱਲੀ ਚੀਜ਼ ਜਿਹੜੀ ਆ ਉਹ ਡਿਟੇਲਿੰਗ ਲਈ ਜਾ ਰਹੀ ਹੈ, ਇਕੱਲੀ ਇਕੱਲੀ ਚੀਜ਼ ਦੀ ਡਿਟੇਲ ਲਈ ਜਾ ਰਹੀ ਹੈ। ਮੌਕੇ ਦੇ ਉੱਪਰ ਸੰਦੀਪ ਗਰਗ ਹੋਣਾ ਨੂੰ ਬਰੀਫ ਕਰ ਰਹੇ ਨੇ DSP ਸੰਧੂ ਹੋਣੀ ਔਰ ਉਹਨਾਂ ਦੇ ਵੱਲੋਂ ਪੂਰੀ ਬਰੀਫਿੰਗ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਮੌਕੇ ਦੇ ਉੱਪਰ ਇਹ ਐਕਸ਼ਨ ਹੋਇਆ, ਮੌਕੇ ਦੇ ਉੱਪਰ ਪੂਰੀ ਦੀ ਪੂਰੀ ਇਹ ਕਹਾਣੀ ਜਿਹੜੀ ਆ ਇਹ ਕਿਵੇਂ ਹੋਈ ਆ। ਤਾਂ ਇਹ ਮੌਕੇ ਦੀ ਤਸਵੀਰ ਜਿਹੜੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਮੌਕੇ ਦੇ ਉੱਪਰ ਕਿਵੇਂ ਕੀ ਕੁਝ ਵਾਪਰਿਆ। ਇਹ ਇਕੱਲੀ ਇਕੱਲੀ ਤਸਵੀਰ ਜੋ ਹੈ ਇਹ ਵਾਕਈ ਆਪਣੇ ਆਪ ਦੇ ਵਿੱਚ ਗਵਾਹੀ ਭਰ ਰਹੀ ਹੈ ਇਸ ਚੀਜ਼ ਦੀ ਕਿ ਹੋਇਆ ਕੀ ਕੁਝ ਹੈ ਮੌਕੇ ਦੇ ਉੱਪਰ। ਤਾਂ ਖੈਰ ਦੱਸਿਆ ਜਾ ਰਿਹਾ ਕਿ ਇੱਕ ਪੁਲਿਸ ਮੁਲਾਜ਼ਮ ਦੇ ਵੀ ਸੱਟ ਲੱਗੀ ਹੈ, ਇਹ ਵੀ ਜਾਣਕਾਰੀ ਅਜੇ ਨਿਕਲ ਕੇ ਸਾਹਮਣੇ ਆ ਰਹੀ ਹੈ। ਔਰ ਉੱਥੇ ਹੀ ਦੱਸ ਦਈਏ ਤੁਹਾਨੂੰ ਕਿ ਹੁਣ ਬਰੀਫ ਜਦੋਂ ਕਰਨਗੇ DSP SSP ਸੰਦੀਪ ਗਰਗ ਔਰ ਉਦੋਂ ਪਤਾ ਲੱਗੇਗਾ ਕੀ ਡਿਟੇਲਿੰਗ ਜਿਹੜੀ ਹੈ। ਅੱਜ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਦਾਊਂ ਪਿੰਡ ਇਹ ਥਾਣਾ ਬਲੌਂਗੀ ਇਹਦੇ ਵਿੱਚ ਇੱਕ ਇਨਕਾਊਂਟਰ ਹੋਇਆ ਅਤੇ ਇਸ ਦੌਰਾਨ ਜਿਹੜੇ 2 ਅਕਿਊਜ਼ ਸੀਗੇ ਇੱਕ ਬ੍ਰਿਜਪਾਲ ਇਹ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ ਅਤੇ ਇੱਕ ਪ੍ਰਦੀਪ ਉਰਫ ਸ਼ੈਂਟੀ ਇਹ ਵੀ ਨਾਰਾਇਣਗੜ੍ਹ ਦਾ ਰਹਿਣ ਵਾਲਾ, ਨਾਰਾਇਣਗੜ੍ਹ ਅੰਬਾਲਾ ਹਰਿਆਣਾ ਦੇ ਵਿੱਚ ਪੈ ਜਾਂਦਾ। ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਿਡ ਸੀਗੇ ਅਤੇ ਇਹ ਦੋਨੋਂ ਅਕਿਊਜ਼ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਘੁੰਮਦੇ ਪਏ ਨੇ, ਸਾਡੀ CIA ਦੀ ਪਾਰਟੀਜ਼ ਇਮੀਜੀਏਟਲੀ ਏਰੀਆ ਦੀ ਸਰਚ 'ਤੇ ਲੱਗ ਗਈਆਂ ਅਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਊਂ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ CIA ਪਾਰਟੀ ਵੱਲੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਇਹਨਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਜਿਹੜੇ DSP ਸਾਹਿਬ ਦੀ ਕਾਰ ਦੇ ਵਿੱਚ ਹਿੱਟ ਕੀਤਾ, ਇੰਸਪੈਕਟਰ ਸਾਹਿਬ ਦੀ ਕਾਰ ਦੇ ਵਿੱਚ ਹਿੱਟ ਕੀਤਾ ਅਤੇ ਹਿੱਟ ਕਰਕੇ ਮੋਟਰਸਾਈਕਲ ਇੱਧਰ ਡਿੱਗ ਪਿਆ ਅਤੇ ਇਹਨਾਂ ਨੇ ਇਮੀਜੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰਤੀ, ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰਤੀ। ਅਤੇ ਦੂਸਰੇ ਪਾਸੇ ਦੀ ਤਸਵੀਰ ਜਿਹੜੀ ਹੈ ਉਹ ਦਿਖਾ ਦਿੰਦੇ ਇੱਕ ਵਾਰ ਤੁਹਾਨੂੰ, ਜਿੱਥੇ ਜਿੱਥੇ ਨਿਸ਼ਾਨਦੇਹੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ। ਤਾਂ ਇਸ ਪਾਸਿਓਂ ਇਹ ਆ ਰਹੇ ਸੀ ਔਰ ਸਾਹਮਣੇ ਜਿਹੜੀ ਆ ਸਵਿਫਟ ਗੱਡੀ ਆ ਇਹਦੇ ਨਾਲ ਪਹਿਲਾਂ ਇੰਸਪੈਕਟਰ ਦੀ ਗੱਡੀ ਹੈ ਇਹ ਔਰ ਇਸ ਗੱਡੀ ਦੇ ਨਾਲ ਪਹਿਲਾਂ ਇਹਨਾਂ ਦੀ ਇਹ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਤਾਂ ਮੋਟਰਸਾਈਕਲ ਇਹਨਾਂ ਦਾ ਇਸ ਗੱਡੀ ਦੇ ਵਿੱਚ ਵੱਜਦਾ ਆ ਕੇ ਔਰ ਉਸ ਤੋਂ ਬਾਅਦ ਫਿਰ ਪੁਲਿਸ ਦੇ ਵੱਲੋਂ ਫਾਇਰ ਕੀਤਾ ਜਾਂਦਾ। ਤਾਂ ਪੁਲਿਸ ਲਗਾਤਾਰ ਪਿੱਛਾ ਕਰ ਰਹੀ ਸੀ ਇਹਨਾਂ ਦਾ, ਤਾਂ ਕਿਉਂਕਿ ਇਹ ਹੁਣ ਵੀ ਕਿਸੇ ਪ੍ਰੋਪਰਟੀ ਡੀਲਰ ਦੇ ਉੱਪਰ ਫਾਇਰ ਕਰਨ ਦੇ ਲਈ ਜਾ ਰਹੇ ਸੀ, ਪ੍ਰੋਪਰਟੀ ਡੀਲਰ 'ਤੇ ਫਾਇਰਿੰਗ ਕਰਨ ਦੇ ਲਈ ਇਹ ਬਦਮਾਸ਼ ਜਾ ਰਹੇ ਸੀ, ਤਿਆਰੀ ਸੀਗੀ ਇਹਨਾਂ ਦੀ। ਤਾਂ ਮੌਕੇ ਦੇ ਉੱਪਰ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਤਾਂ ਲੱਕੀ ਪਟਿਆਲ ਦੇ ਵੀ ਸੰਪਰਕ ਦੇ ਵਿੱਚ ਸੀ, ਤਾਂ ਪ੍ਰਿੰਸ ਰਾਣਾ ਨਾਂ ਦਾ ਗੈਂਗਸਟਰ ਹੈ ਉਹਦੇ ਸੰਪਰਕ ਦੇ ਵਿੱਚ ਵੀ ਸੀਗੇ ਇਹ ਬਦਮਾਸ਼। ਤਾਂ ਫੋਰੈਂਸਿਕ ਦੀ ਟੀਮ ਦੇ ਵੱਲੋਂ ਸਬੂਤ ਜੋ ਨੇ ਉਹ ਇਕੱਠੇ ਕਰ ਲਏ ਗਏ ਆ। ਮੌਕੇ ਦੇ ਉੱਪਰ ਉਹਨਾਂ ਦਾ ਮੋਟਰਸਾਈਕਲ ਵੀ ਪਿਆ ਨਜ਼ਰ ਆ ਰਿਹਾ, ਦੇਖ ਸਕਦੇ ਹੋ ਤੁਸੀਂ। ਤਾਂ ਹੋਰ ਥੱਲੇ ਚੱਲੇ ਹੋਏ ਕਾਰਤੂਸ ਜਿਹੜੇ ਨੇ ਉਹ ਵੀ ਪਏ ਨਜ਼ਰ ਆ ਰਹੇ ਆ ਔਰ ਉੱਥੇ ਮੌਕੇ ਦੇ ਉੱਪਰ ਹੋਰ ਜਿਹੜੇ ਵੈਪਨ ਨੇ ਮੌਕੇ ਦੇ ਉੱਪਰ ਪੂਰੇ ਦੇ ਪੂਰੇ ਜਿਹੜੇ ਬਾਕੀ ਦੇ ਵੈਪਨ ਨੇ ਉਹ ਪਏ ਹੋਏ ਨਜ਼ਰ ਆ ਰਹੇ ਆ, ਕਿਉਂਕਿ ਸਾਹਮਣੇ ਇੱਕ ਕਾਰਤੂਸ ਇੱਧਰ ਪਿਆ ਬਾਕੀ ਦੇ ਅੱਗੇ ਪਏ ਆ। ਹੋਰ ਵੀ ਜਿਹੜੇ ਇਕੱਲੇ ਇਕੱਲੇ ਸਬੂਤ ਜਿਹੜੇ ਉਹ ਫੋਰੈਂਸਿਕ ਦੀ ਟੀਮ ਕਲੈਕਟ ਕਰ ਰਹੀ ਹੈ। ਤਾਂ ਸਾਹਮਣੇ ਮੋਟਰਸਾਈਕਲ ਪਿਆ, ਮੋਟਰਸਾਈਕਲ ਦੇ ਪਿੱਛੇ ਬਿਲਕੁਲ ਇੱਕ ਵੈਪਨ ਪਿਆ ਔਰ ਇੱਕ ਵੈਪਨ ਇੱਧਰਲੇ ਬੰਨੇ ਪਿਆ ਜਿੱਥੇ 5 ਨੰਬਰ ਜਿੱਧਰ ਨਿਸ਼ਾਨਦੇਹੀ ਕੀਤੀ ਗਈ ਹੈ। ਤਾਂ ਇਹ ਸਾਹਮਣੇ 2 ਹਥਿਆਰ ਪਏ ਆ, 2 ਵੈਪਨ ਪਏ ਇਸ ਪਾਸੇ ਨਜ਼ਰ ਆ ਰਹੇ ਨੇ, ਆਟੋਮੈਟਿਕ ਵੈਪਨ ਹੈ ਇਹ। ਤਾਂ ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਇਹਨਾਂ ਦੇ ਕੋਲ ਵੈਪਨ ਕਿੱਥੋਂ ਆਏ ਔਰ
ਕੱਲੀ ਕੱਲੀ ਜਾਣਕਾਰੀ ਜਿਹੜੀ ਲਈ ਜਾ ਰਹੀ ਹੈ ਤਾਂ ਫਰੌਤੀ ਵਾਸਤੇ ਕਾਲਾਂ ਬਦਮਾਸ਼ ਬਾਹਰੋਂ ਬੈਠ ਕੇ ਕਰਦੇ, ਉਹਨਾਂ ਦੇ ਗੁਰਗੇ ਕਿਸ ਤਰੀਕੇ ਦੇ ਨਾਲ ਪੁਲਿਸ ਉਹਨਾਂ ਨੂੰ ਘੇਰਦੀ ਹੈ, ਉਹਦੀ ਇੱਕ ਮੌਕੇ ਦੀ ਤਸਵੀਰ ਇਹ ਦੇਖੀ ਜਾ ਸਕਦੀ ਹੈ। ਤਾਂ ਉੱਥੇ ਹੀ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਡਾਕਟਰ ਸੰਦੀਪ ਗਰਗ SSP ਨੇ ਉਹਨਾਂ ਨੇ ਇਹ ਪੂਰੀ ਦੀ ਪੂਰੀ ਜਾਣਕਾਰੀ ਬਰੀਫ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਜਿਹੜੇ ਬਦਮਾਸ਼ ਨੇ ਇਹ ਕਿਸੇ ਪ੍ਰਾਪਰਟੀ ਡੀਲਰ ਦੇ ਉੱਪਰ ਫਾਇਰਿੰਗ ਕਰਨ ਦੇ ਲਈ ਜਾ ਰਹੇ ਸੀ, ਔਰ ਉੱਥੇ ਹੀ ਉਸ ਤੋਂ ਪਹਿਲਾਂ ਪੁਲਿਸ ਨੂੰ ਜਾਣਕਾਰੀ ਮਿਲ ਗਈ। ਪੁਲਿਸ ਲਗਾਤਾਰ ਇਹਨਾਂ ਨੂੰ ਟਰੈਕ ਕਰ ਰਹੀ ਸੀ ਇਸ ਪਾਸੇ ਵੀ, ਔਰ ਹੋਰ ਵੀ ਪੁਲਿਸ ਦੇ ਜੋ ਅਧਿਕਾਰੀ ਮੌਕੇ ਦੇ ਉੱਪਰ ਪਹੁੰਚ ਰਹੇ ਨੇ। ਤਾਂ SSP ਮੌਕੇ ਦੇ ਉੱਪਰ ਪਹੁੰਚੇ ਸੀ, ਉਹਨਾਂ ਨੇ ਬਰੀਫ ਕੀਤਾ ਔਰ ਪੂਰਾ ਦਾ ਪੂਰਾ ਜਿਹੜਾ ਕ੍ਰਾਈਮ ਸੀਨ ਸੀਗਾ ਉਸ ਨੂੰ ਪੁਲਿਸ ਦੇ ਵੱਲੋਂ ਘੇਰ ਲਿਆ ਗਿਆ। ਔਰ ਦੋ ਬਦਮਾਸ਼ ਜਿਹੜੇ ਬੰਬੀਹਾ ਗੈਂਗ ਦੇ ਨਾਲ ਸੰਬੰਧ ਰੱਖਣ ਵਾਲੇ ਸੀ ਉਹਨਾਂ ਨੂੰ ਪੁਲਿਸ ਨੇ ਘੇਰਿਆ ਮੌਕੇ ਦੇ ਉੱਪਰ, ਜੋ ਕਿ ਪ੍ਰਾਪਰਟੀ ਡੀਲਰ ਦੇ ਉੱਪਰ ਫਾਇਰ ਕਰਨ ਦੇ ਲਈ ਜਾ ਰਹੇ ਸੀ। ਕ੍ਰਿਮੀਨਲ ਬੈਕਗਰਾਉਂਡ ਵੀ ਉਹਨਾਂ ਦਾ ਦੱਸਿਆ SSP ਸੰਦੀਪ ਗਰਗ ਹੋਣਾ ਨੇ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲ ਵੈਪਨ ਕਿੱਥੋਂ ਆਉਂਦੇ ਸੀ, ਕਿੱਥੋਂ ਹਥਿਆਰ ਲੈ ਕੇ ਆਏ, ਇਹਨਾਂ ਦੇ ਬਾਰੇ ਵੀ ਜਾਣਕਾਰੀ ਇਹਨਾਂ ਤੋਂ ਲਈ ਜਾਏਗੀ। ਪਰ ਹੁਣ ਇਹ ਲਗਾਤਾਰ ਐਕਟਿਵ ਸੀਗੇ ਪਿਛਲੇ ਦਿਨਾਂ ਦੇ ਵਿੱਚ, ਜਿੰਨੀਆਂ ਵੀ ਫਰੌਤੀ ਲਈ ਕਾਲਾਂ ਆ ਰਹੀਆਂ ਸੀਗੀਆਂ ਵਪਾਰੀਆਂ ਨੂੰ, ਉਹਨਾਂ ਨੂੰ ਲਗਾਤਾਰ ਇਹ ਕਾਲ ਕਰ ਰਹੇ ਸੀ, ਬਾਹਰੋਂ ਕਾਲਾਂ ਆਉਂਦੀਆਂ ਸੀ ਔਰ ਪਿੱਛੇ ਇਹ ਕਾਰਵਾਈਆਂ ਕਰਦੇ ਸੀ, ਪਿੱਛੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਪੂਰਾ ਦਾ ਪੂਰਾ ਇਹ ਜਿਹੜਾ ਇਲਾਕਾ ਖੇਤਾਂ ਵਾਲਾ ਇਲਾਕਾ ਔਰ ਇਹੋ ਜਿਹੇ ਰਾਹ ਜਿਹੜੇ ਆ ਇਹ ਚੂਜ਼ ਕਰਦੇ ਆ, ਕਿਉਂਕਿ ਦੇਖੋਗੇ ਤੁਸੀਂ ਆਲੇ ਦੁਆਲੇ ਦਾ ਪੂਰਾ ਦਾ ਪੂਰਾ ਜਿਹੜਾ ਇਲਾਕਾ ਇਹ ਨੇੜੇ ਤੇੜੇ ਖੇਤ ਪੈਂਦੇ ਆ, ਅੱਗੇ ਸਾਹਮਣੇ ਹੋਰ ਕਈ ਪਿੰਡ ਵੀ ਪੈਂਦੇ ਆ, ਲਿੰਕ ਰੋਡਾਂ ਜਿੱਧਰਲੇ ਬੰਨੇ ਲੱਗਦੀਆਂ ਨੇ। ਤਾਂ ਇਹਨਾਂ ਇਹੋ ਜਿਹੇ ਇਲਾਕਿਆਂ 'ਚ ਜਾਣ ਵਾਲੇ ਰਾਹਾਂ ਨੂੰ ਇਹ ਬਦਮਾਸ਼ ਚੂਜ਼ ਕਰਦੇ ਆ, ਚੁਣਦੇ ਆ ਇਹੋ ਜਿਹੇ ਰਾਹਾਂ ਨੂੰ, ਔਰ ਉਸ ਤੋਂ ਬਾਅਦ ਫਿਰ ਪਰ ਪੁਲਿਸ ਲਗਾਤਾਰ ਇਹਨਾਂ ਨੂੰ ਟਰੈਕ ਕਰ ਰਹੀ ਸੀ, ਪੁਲਿਸ ਲਗਾਤਾਰ ਇਹਨਾਂ ਦਾ ਪਿੱਛਾ ਵੀ ਕਰ ਰਹੀ ਸੀ। ਔਰ ਉਸ ਤੋਂ ਬਾਅਦ ਫਿਰ ਜਦੋਂ ਪੁਲਿਸ ਨੂੰ ਪਤਾ ਲੱਗਦਾ ਇੱਧਰਲੇ ਬੰਨੇ ਜਾ ਰਹੇ ਆ, ਤਾਂ ਲਗਾਤਾਰ CIA ਵੀ ਇਹਨਾਂ ਦਾ ਪੈੜਾਂ ਨੱਪ ਰਹੀ ਸੀ ਇਹਨਾਂ ਬਦਮਾਸ਼ਾਂ ਦੀਆਂ, ਰੁਕਣ ਲਈ ਇਸ਼ਾਰਾ ਕਹਿੰਦੇ ਜਦੋਂ ਕੀਤਾ ਜਾਂਦਾ ਤਾਂ ਇਹ ਭੱਜਣ ਦੀ ਕੋਸ਼ਿਸ਼ ਕਰਦੇ, ਔਰ ਸਾਹਮਣੇ ਗੱਡੀ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦਾ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜਦਾ ਇੰਸਪੈਕਟਰ ਦੀ ਗੱਡੀ ਦੇ, ਔਰ ਉਸ ਤੋਂ ਬਾਅਦ ਡਿੱਗ ਜਾਂਦਾ, ਡਿੱਗਣ ਤੋਂ ਬਾਅਦ ਕਹਿੰਦੇ ਭੱਜਦੇ ਹੋਏ ਫਾਇਰਿੰਗ ਕਰ ਰਹੇ ਸੀ ਇਹ ਬਦਮਾਸ਼, ਤਾਂ ਸਾਹਮਣੇ ਪੁਲਿਸ ਨੇ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਇਹਨਾਂ ਦੇ। ਤਾਂ ਇਹਨਾਂ ਨੂੰ ਹੁਣ ਹਸਪੀਟਲ ਦੇ ਵਿੱਚ ਭਰਤੀ ਕਰਵਾ ਲਿਆ ਗਿਆ, ਔਰ ਸਿੱਧੇ ਤੌਰ ਤੇ ਇੱਕ ਸਖਤ ਸੁਨੇਹਾ ਪੰਜਾਬ ਪੁਲਿਸ ਨੇ ਦਿੱਤਾ ਹੈ ਕਿ ਜਿਹੜੇ ਵੀ ਮਾੜੇ ਅਨਸਰ ਨੇ, ਭਾਵੇਂ ਉਹ ਕਿਸੇ ਤੇ ਫਾਇਰਿੰਗ ਕਰਨ ਵਾਲੇ ਆ, ਕਿਸੇ ਦਾ ਕਤਲ ਕਰਨ ਵਾਲੇ ਆ, ਕੋਈ ਫਰੌਤੀਆਂ ਲੈਣ ਵਾਲੇ ਆ, ਉਹਨਾਂ ਨੂੰ ਸਿੱਧੇ ਤੌਰ ਤੇ ਇਹ ਵਾਰਨਿੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਐਕਸ਼ਨ ਕਰਨਗੇ ਉਹਨਾਂ ਦੇ ਖਿਲਾਫ ਪੁਲਿਸ ਵੀ ਸਖਤੀ ਦੇ ਨਾਲ ਨਿਪਟਦੀ ਹੋਈ ਨਜ਼ਰ ਆਏਗੀ। ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਪਿੰਡ ਦਾਉਂ, ਮੋਹਾਲੀ।